وليم وحافظا مقائدا مناصرا ودليلا وعينا حتى تسكنه ورزقته ان وتمتعه فيها طويلا يا رب محمد وآل محمد صل على محمد وآل محمد وأجل فرج آل محمد مقبولیت واسطے صلوات سارے ਮੈਂ ਕਸੀਦਾ ਪੜ੍ਹਨਾ ਜੱਲੇ ਦੇ ਮਿਜ਼ਾਜ ਦੇ ਮੁਤਾਬਿਕ। ਕਸੀਦਾ ਇੱਕ ਮੁਅੱਜ਼ਮਾ ਮਸਤੂਰ ਦੀ ਅਜ਼ਮਤ ਹੈ, ਇੱਕ ਮਸਤੂਰ ਦੀ ਅਜ਼ਮਤ ਦਾ। ਮਸਤੂਰ ਪਰਦਾਦਾਰ ਨੂੰ ਆ ਦਿਨ, ਪਰਦਾਦਾਰ ਦੀ ਅਜ਼ਮਤ। ਤਵਜੋ ਹੈ ਮੇਰੇ ਪਾਸ। ਇਹ ਬੀਬੀ ਮੁਲਕ ਸੋਡਾਨ ਦੀ ਬਸਤੀ ਆਈ, ਆਪਣੇ ਮੁਲਕ ਦੀ ਮੁਤਲਕੁਲ ਅਨਾਨ ਸ਼ਹਿਜ਼ਾਦੀ ਆਈ। ਜੱਲਾ ਨਹੀਂ ਜਾਣਦਾ ਤਾਂ ਕੌਣ ਜਾਣਦਾ ਇਹਨਾਂ ਗੱਲਾਂ ਨੂੰ। ਕਾਇਨਾਤ ਵਿੱਚ ਇਸ ਸ਼ਹਿਜ਼ਾਦੀ ਦੀ ਵਾਹਿਦ ਹਕੂਮਤ ਆਈ ਜਿਸ ਵਿੱਚ ਹਿਜ਼ਬ ਇਖਤਲਾਫ ਕੋਈ ਨਹੀਂ। ਹਰ ਹਕੂਮਤ ਵਿੱਚ ਹਿਜ਼ਬ ਇਕਤਦਾਰ ਆਉਂਦਾ ਹੈ ਤੇ ਹਿਜ਼ਬ ਇਖਤਲਾਫ ਵੀ ਆਉਂਦਾ ਹੈ। ਸਿਰ ਹਲਾਓ। ਮੈਂ ਬੜਾ ਜਲਦੀ ਕਸੀਦਾ ਪੜ੍ਹਨ ਲੱਗਾ। ਪੂਰੀ ਸਲਤਨਤ ਵਿੱਚ, ਪੂਰੀ ਰਿਆਸਤ ਵਿੱਚ ਭਾਈ ਗੁਲਾਮ ਬਾਸ ਮੌਲਾ ਇਸ ਤੋਂ ਜ਼ਿਆਦਾ ਤਾਸੀਰ ਦੇਵੇ ਸਾਜਿਦ ਅਬਾਦ, ਬੜੇ ਪੁਰ ਤਾਸੀਰ ਮੌਲਾ ਦੇ ਮਦਾ ਮੌਲਾ ਜ਼ਿਆਦਾ ਤਾਸੀਰ ਦੇਵੇ। ਅਕੀਰ ਤੋਂ ਸੁਣੀ ਹੋਈ ਗੱਲ ਜ਼ਿਹਨੇ 'ਚ ਰੱਖਿਆ ਹੈ। ਪੂਰੀ ਦੁਨੀਆ 'ਚ ਮੁਖਤਲਿਫ ਹਕੂਮਤਾਂ ਹਨ। ਜਿਹੜੀ ਸੋਡਾਨ 'ਚ ਇਸ ਬੀਬੀ ਦੀ ਹਕੂਮਤ ਆਈ, ਪੂਰੀ ਹਕੂਮਤ 'ਚ ਜਿਤਨੀ ਰਈਅਤ ਆਈ, ਰਈਅਤ ਤੱਕ ਕੋਈ ਇੱਕ ਬੰਦਾ ਹੀ ਇਖਤਲਾਫ ਨਹੀਂ ਰੱਖਦਾ। ਪੂਰੀ ਰਿਆਸਤ ਵਿੱਚ ਬੀਬੀ ਦੇ ਕਿਸੇ ਅਮਲ ਤੇ ਕਿਸੇ ਨੂੰ ਇਤਰਾਜ਼ ਕੋਈ ਨਹੀਂ। ਅਮੂਰੇ ਸਲਤਨਤ ਵਿੱਚ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਬੀਬੀ ਅਮੂਰੇ ਸਲਤਨਤ ਤੇ ਜਿਹੜਾ ਅਮਰ ਬਜਾ ਲਾਵੇ ਆ ਲੋਕ ਆ ਦੇਣ, ਇਹ ਠੀਕ ਹੈ, ਇਹੋ ਠੀਕ ਹੈ। ਵਤਨ ਤੇ ਨਾਮ ਹੈ ਮੁਨਾਈ, ਮਦੀਨੇ ਚ ਨਾ ਫਿਜ਼ਾਈ। ਵਤਨ ਤੇ ਅਸ਼ਕਬੂਸ ਦੀ ਮੁਤਲਕੁਲ ਅਨਾਨ ਸ਼ਹਿਜ਼ਾਦੀ ਆਈ। ਬਹਿਜਾਨ ਹਕੂਮਤ ਕਰੇਂਦਿਆਂ ਇਤਨੀ ਹਕੂਮਤ ਜਿਸ ਵਿੱਚ ਹਿਜ਼ਬ ਇਖਤਲਾਫ ਕੋਈ ਨਹੀਂ, ਉਸ ਹਕੂਮਤ ਵਿੱਚ ਜਿਤਨਾ ਸਕੂਨ ਨਸ ਮਿਲਿਆ, ਜਿਤਨਾ ਸਕੂਨ ਮਿਲਦਾ ਜਦੋਂ ਹੁਸੈਨ ਆ ਕੇ ਆਦੇ ਨੰਮਾ ਕੇ ਹਾਲ ਹੈ।
ਮਕਾਮ ਹੈ ਕਿਸ ਬੀਬੀ ਦਾ, ਸਿਆਫਾਮੇ ਲੱਗਦੀ ਕੁਝ ਨਹੀਂ ਰਿਸ਼ਤੇ 'ਚ, ਰਿਸ਼ਤੇ 'ਚ ਕੁਝ ਨਹੀਂ ਲੱਗਦੀ। ਨੀਅਤ ਲੈ ਕੇ ਜੇ ਮਦੀਨੇ ਆਈ ਨਾ, ਜਿਹੜੇ ਰਿਸ਼ਤੇਦਾਰ ਮਾਂ ਨੂੰ ਮਾਂ ਨੈਣ ਸਦੇ, ਫਿਜ਼ਾ ਨੂੰ ਮਾਂ ਸਦੇ, ਇਸ ਬੀਬੀ ਦੀ ਅਜ਼ਮਤ ਦਾ ਮੈਂ ਗੱਲਾਂ ਕਰਦਾ ਰਹਾਂ। ਮਾਲਿਕ ਦਰਜਾਤ ਬੁਲੰਦ ਕਰੇ ਮੇਰੇ ਉਸਤਾਦ ਨਾਸਿਰ ਹੁਸੈਨ ਸ਼ਾਹ। ਇਹ ਗੱਲਾਂ ਨਹੀਂ ਮੁੱਕਦੀਆਂ, ਸਿੱਖੀਆਂ ਹੀ ਗੱਲਾਂ। ਕਸੀਦਾ ਪੜੀਏ ਸ਼ਾਇਓ, ਇਸ ਬੇਖਤਲਾਫ ਸਾਈ ਮਸ਼ੂਕ ਅਲੀ ਕੋਈ ਨਹੀਂ, ਪੂਰੀ ਰਿਆਸਤ 'ਚ ਕੋਈ ਬੰਦਾ ਖਿਲਾਫ ਨਹੀਂ, ਪੂਰੀ ਰਿਆਸਤ 'ਚ ਹਰ ਬੰਦਾ ਫਰਮਾ ਬਰਦਾਰ ਏ। ਇੱਕ ਵਾਰ ਫਿਰ ਆਖਸਾਂ, ਪੂਰੀ ਰਿਆਸਤ 'ਚ ਇਸ ਬੇਖਤਲਾਫ ਕੋਈ ਨਹੀਂ, ਹਰ ਮਰਦ ਓ ਜ਼ਨ ਫਰਮਾ ਬਰਦਾਰ ਏ। ਦੁਨੀਆਂ 'ਤੇ ਵੇਖੋ ਇਹੋ ਜਿਹਾ ਕੋਈ ਹੁਕਮਰਾਨ ਨਜ਼ਰ ਆਉਂਦਾ? ਇੰਝ ਦੀ ਹਕੂਮਤ ਆਈ ਤਖ਼ਤ 'ਤੇ ਆ ਬੈਠੀ, ਇੱਕ ਦਿਨ ਕਨੀਜ਼ਾਂ ਗੁਲਾਮਾਂ ਵੇਖਿਆ ਚਿਹਰੇ 'ਤੇ ਪਰੇਸ਼ਾਨੀ, ਵਫਾਦਾਰ ਤਾਬੇਦਾਰ ਰਈਅਤ ਪੁੱਛਿਆ ਬੀਬੀ ਤੁਸੀਂ ਪਰੇਸ਼ਾਨ ਕਿਉਂ ਹੋ? ਰਈਅਤ ਨੂੰ ਮੁਖਾਤਿਬ ਹੋ ਕੇ ਆਦੀ ਇਹ ਦਿਲ ਕਰਦਾ ਇਹ ਹਕੂਮਤ ਛੋੜ ਦਿਓ, ਇਹ ਹਕੂਮਤ। ਜਿਹੜੇ ਜਵਾਨ ਬੈਠੇ ਮੈਂ ਸਮਝਾ ਨਹੀਂ ਸਕਿਆ ਬਈ, ਮਜਬੂਰੀ ਆਉਂਦੀ ਹੈ ਸ਼ਹਿਰ 'ਚ, ਕੋਈ ਬੰਦਾ ਮੁਖਾਲਿਫ ਹੋਵੇ ਅਤੇ ਬੰਦਾ ਸ਼ਹਿਰ ਛੁੜਿਆਂਦਾ ਪਿਆ ਹੋਵੇ, ਬਾਤ ਕਹਿ ਦੇ ਬਈ ਫਲਾਂ ਬੰਦਾ ਤਾਕਤਵਰ ਹੈ ਮੇਰੇ ਖਿਲਾਫ ਹੈ, ਮੈਂ ਸ਼ਹਿਰ ਛੋੜ ਰਿਹਾ। ਬਈ ਪੂਰੀ ਰਿਆਸਤ 'ਚ ਬੰਦਾ ਖਿਲਾਫ ਹੀ ਕੋਈ ਨਹੀਂ, ਸਾਰੀ ਰਈਅਤ ਵਫਾਦਾਰ ਏ, ਫਰਮਾ ਬਰਦਾਰ ਏ। ਬੀਬੀਆ ਦੀ ਦਿਲ ਕਰਦਾ ਸ਼ਾਹੀ ਛੋੜ ਕੇ ਟੁਰ ਵੰਜੇ, ਇਹ ਮੁਲਕ ਹੀ ਛੋੜ ਦੇ। ਰਈਅਤ ਨੇ ਬੜਾ ਹੌਸਲਾ ਦਿੱਤਾ, ਰਈਅਤ ਦੀ ਬਾਤ ਸੁਣੀ ਘਰ ਚਲੀ ਗਈ। ਦੂਸਰੇ ਦਿਨ ਫਿਰ ਤਖ਼ਤ 'ਤੇ ਆ ਬੈਠੀ ਪਰੇਸ਼ਾਨ, ਪਰੇਸ਼ਾਨੀ ਦੀ ਵਜ੍ਹਾ ਪੁੱਛੀ, ਇਹੋ ਜਵਾਬ ਦਿੱਤਾ ਦਿਲ ਕਰਦਾ ਸ਼ਾਹੀ ਛੋੜ ਕੇ, ਰਿਆਸਤ ਛੋੜ ਕੇ ਟੁਰ ਜਾਵਾਂ, ਇਹ ਮੁਲਕ ਇਹ ਸ਼ਾਹੀ ਛੋੜ ਕੇ ਟੁਰ ਜਾਵਾਂ। ਤੀਸਰੇ ਦਿਨ ਫਿਰ ਪਰੇਸ਼ਾਨ, ਆਖਿਰ ਰਈਅਤ ਵਫਾਦਾਰ ਆਈ, ਉਹਨਾਂ ਕਿ ਬੀਬੀ ਤੁਸੀਂ ਇੰਝ ਕਰੋ ਆਪਣੀ ਜੁੱਤੀ ਤਖ਼ਤ 'ਚ ਰੱਖੋ। ਬੜੀ ਬਰੀਕ ਜਿਹੀ ਬਾਤ ਹੈ, ਤੁਸੀਂ ਆਪਣੀ ਜੁੱਤੀ ਤਖ਼ਤ 'ਤੇ ਰੱਖੋ, ਜਾਂ ਅਸਾਂ ਤੁਹਾਡੀ ਪਰੇਸ਼ਾਨੀ ਬਰਦਾਸ਼ਤ ਨਹੀਂ ਕਰ ਸਕਦੇ, ਤੁਸੀਂ ਆਪਣੀ ਮਰਜ਼ੀ ਕਰੋ, ਜੁੱਤੀ ਰੱਖ ਛੋੜੋ, ਅਸਾਂ ਜੁੱਤੀ ਨੂੰ ਸਲਾਮ ਕਰ ਸਾਂ, ਅਸਾਂ ਜੁੱਤੀ ਦਾ ਇਤਰਾਮ ਕਰ ਸਾਂ। ਰਈਅਤ ਇਹ ਬਾਤ ਕੀਤੀ, ਫਿਰ ਵੀ ਵਤਨ ਨਾ ਛੋੜਿਆ, ਸ਼ਾਹੀ ਨਾ ਛੋੜੀ। ਅਗਲੇ ਦਿਨ ਫਿਰ ਆ ਬੈਠੀ, ਰਈਅਤ ਨੇ ਆਖਿਆ ਬੀਬੀ ਅਸਾਂ ਆਖਿਆ ਜੁੱਤੀ ਰੱਖ ਛੋੜੋ ਅਤੇ ਸ਼ਾਹੀ ਛੋੜ ਦਿਓ। ਬੀਬੀ ਆਦੀ ਇਹ ਛੋੜਨੀ ਤਾਂ ਹੈ ਸ਼ਾਹੀ, ਲੇਕਿਨ ਚਾਹੁੰਦੀਆਂ ਜੋ ਮੈਂ ਚਾਹੁੰਦੀਆਂ ਇੰਝ ਹੋਵੇ, ਫਿਰ ਛੋੜੋ। ਬੀਬੀ ਤੁਸੀਂ ਕੀ ਚਾਹੁੰਦੇ ਹੋ? ਮਾਸ਼ਾਅੱਲਾ, ਬੜੇ ਸਮਝਦਾਰ ਬੜੇ ਲਿਖੇ ਹਜ਼ਰਾਤ, ਮੌਲਾ ਦੇ ਮਦਾ ਖਾਨ, ਅਤੇ ਵੈਸੇ ਸਾਰੇ ਤੁਸੀਂ ਮੌਲਾ ਦੇ ਮਦਾ ਖਾਨ ਹੋ। ਜਦੋਂ ਮੈਂ ਜੱਲੇ ਪਹਿਲੀ ਦਫਾ ਆਇਆ,
ਮੈਨੂੰ ਨਾ ਹੀ ਪਤਾ ਬਈ ਇਹਨਾਂ ਚੋਂ ਸੁਣਨ ਵਾਲਾ ਕਿਹੜਾ ਹੈ ਤੇ ਜ਼ਾਕਿਰ ਕਿਹੜਾ। ਸਾਰੇ ਪੜ੍ਹਦੇ ਆ ਤੇ ਮੇਰੇ ਹਿਸਾਬ ਵਿੱਚ ਉਹ ਵਕਤ ਚੰਗਾ ਸੀ, ਉਹਨੂੰ ਚੰਗਾ ਬੰਦਾ ਸੀ ਜਿਹੜਾ ਪੜ੍ਹਦਾ ਸੀ ਤੇ ਜਿਸ ਨੂੰ ਪੈਸੇ ਦਾ ਲਾਲਚ ਨਾ ਹੀ ਆਉਂਦਾ, ਤੇ ਉਹ ਬੰਦਾ ਬੜਾ ਚੰਗਾ ਸੀ ਜਿਹੜਾ ਸਫ਼ੇ ਆਜ਼ਾਦ 'ਤੇ ਆ ਕੇ ਬਣਦਾ ਸੀ ਅਤੇ ਉਹਨੂੰ ਪਤਾ ਹੁੰਦਾ ਸੀ ਬਈ ਇਹ ਸਾਡੇ ਗੁਆਂਢੀ ਪੜ੍ਹਨਾ ਅਤੇ ਮੈਂ ਸੁਣਨਾ। ਅਤੇ ਇੱਕ ਹਨ ਜਿਹੜੀ ਆਉਂਦੀ ਆਈ ਨਾ ਉਸਦੀ ਕੀਮਤ ਹੁਸੈਨ ਦੀ ਮਾਂ ਨੂੰ ਪਤਾ ਹੈ, ਕਿਸੇ ਦੁਨੀਆਦਾਰ ਬੰਦੇ ਨੂੰ ਪਤਾ ਹੀ ਨਹੀਂ। ਲੰਬੀਆਂ ਕੂਕਾਂ ਅਤੇ ਹਾਲ ਹਾਲ ਦਾ ਸ਼ਾਇਦ ਕੋਈ ਕੀਮਤ ਬਣ ਵੈਸੀ, ਜਿਹੜੀ ਉਹ ਕੀਮਤ ਆ ਨਾ ਉਹ ਤਾਂ ਹੁਸੈਨ ਦੀ ਮਾਂ ਨੂੰ। ਸਾਰੇ ਸਮਝਦਾਰ ਬੈਠੇ ਹੋ, ਬੀਬੀ ਨੇ ਆਖਿਆ ਵੀ ਮੈਂ ਸ਼ਾਹੀ ਤਾਂ ਛੁੜੇਂਦੀ ਹਾਂ, ਮੈਂ ਜੋ ਚਾਹੁੰਦੀ ਹਾਂ ਇੰਝ ਹੋਵੇ। ਨਿਹਾਇਤ ਪੁਰਾਣਾ ਜਿਹਾ ਕਸੀਦਾ ਤੁਹਾਡਾ ਸੁਣਿਆ ਹੋਇਆ, ਲਫ਼ਜ਼ਾਂ ਵਾਲੇ ਪਾਸੇ ਤਵੱਜੋ ਕਰੋ ਅਤੇ ਸਲਵਾਤ ਪੜ੍ਹੋ, ਕਸੀਦਾ ਸ਼ੁਰੂ ਕਰੀਏ। ਬੀਬੀਆ ਦੀਏ ਛੋੜ ਕੇ ਸ਼ਾਹੀ ਮੈਂ ਜਾਵਾਂ ਤੇ ਇਬਾਦਤ ਨਹੀਂ ਪਤਾ ਤਾਂ ਬਾਤ ਕਹਿਣਾ ਪਤਾ। ਪਿਛਲੇ ਮੈਦਾਨ ਵੇਖਿਆ, ਪਿਛਲੇ ਜਿਹੜੇ ਬੈਠੇ ਸਾਰੇ ਮੈਦਾਨ ਸਲਾਮਤ ਰੱਖੇ। ਛੋੜ ਕੇ ਸ਼ਾਹੀ ਮੈਂ ਜਾਵਾਂ ਇਬਾਦਤ ਹੋਵੇ, ਫਿਰ ਤੱਕ ਤੇ ਬੈਠੀ ਰਹੀ ਤੱਕ ਹੈ ਬੀਬੀ ਆਖੇ ਜੀ ਨੇ ਛੋੜ ਦੇ ਸਾਂ ਸ਼ਾਹੀ, ਲੇਕਿਨ ਇਬਾਦਤ ਹੋਵੇ ਬਸ ਤੁਸੀਂ ਆਪ ਫੈਸਲਾ ਕਰੋ, ਛੋੜ ਦਿਓ ਸ਼ਾਹੀ। ਕੀ ਸੋਚ ਰਹੇ ਹੋ, ਕੀ ਸੋਚ ਰਹੇ ਹੋ ਬੀਬੀ ਆਦੀਏ? ਸੋਚਦੀ ਪਈ ਵਸੀ
ਅੱਲਾਹ ਤੁਹਾਨੂੰ ਸਲਾਮਤ ਰੱਖੇ, ਆਬਾਦ ਉਰਸ਼ਾਦ ਰਹੋ। ਬਾਲ ਚਾਹੁੰਦੇ ਮੈਂ ਖੇਡਾਵਾਂ ਤੇ ਇਬਾਦਤ ਹੋਵੇ, ਇਬਾਦਤ ਹੋਵੇ। ਫਿਰ ਸੋਚ ਰਹੀ ਤਖਤ ਨਹੀਂ ਛੋੜਿਆ, ਰਈਅਤ ਕੇ ਬੀਬੀ ਤਖਤ ਹੀ ਨਹੀਂ ਛੋੜਿਆ, ਸ਼ਾਹੀ ਨੇ ਛੋੜੀ। ਪਰੇਸ਼ਾਨੀ ਵੀ ਖਤਮ ਨਹੀਂ ਹੋਈ, ਪਰੇਸ਼ਾਨੀ ਵੱਧਦੀ ਪਈ ਏ। ਕੇ ਸੋਚ ਰਹੇ ਹੋ, ਰਈਅਤ ਮੁਖਾਤਿਬ ਹੋ ਕੇ ਆਦੀ ਏ, ਸੁਚੇਂਦੀ ਇਹ ਗੱਲ ਪਈਆਂ, ਮੇਰੇ ਮਾਲਕ ਸਲਾਮਤ ਰੱਖੇ। ਠਾ ਪਾ ਤੇ ਲੱਗੇ ਹੋਏ ਹੋ ਨਾ ਤੁਸੀਂ, ਲੱਗ ਗਏ ਹੋ ਸ਼ੇਰ ਦੇਣ ਚ ਰੱਖਣਾ ਹੈ ਮੁਸੱਲੇ ਤੇ। ਤੈਨੂੰ ਯਾਦ ਆਸੀ ਬੀਬੀ ਕਿਆ ਸੋਚ ਰਹੇ ਹੋ, ਮੇਰੀ ਸੈਣਾ ਦੀ ਏ ਮੈਂ ਕਹਿਣਾ ਤੇ ਦੀਦ ਮਾਰ ਕੇ ਇਹੋ ਸੁਚੇਂਦੀ ਬੈਠੀ ਆ, ਮੇਰੇ ਮਾਲਕ ਸ਼ੇਰ ਮੈਂ ਪੜ੍ਹਨਾ ਚਾਹੁੰਦਾ। ਬੀਬੀ ਸ਼ਾਹੀ ਕਿਉਂ ਨੇ ਪੈ ਛੁੜੇ ਨੇ, ਰਈਅਤ ਨੂੰ ਮੁਖਾਤਿਬ ਹੋ ਕੇ ਦੀ ਇਸ ਵਾਸਤੇ ਨਾ ਛੁੜੇਂਦੀ ਪਈ, ਛੋੜ ਕੇ ਸ਼ਾਹੀ ਮਿਲੇ ਇਵੇਂ ਦੀ ਉਲਫਤ ਆਪਣੇ ਹਾਲਾਤ ਸੁਣਾਵਾਂ ਤੇ ਇਬਾਦਤ ਹੋਵੇ, ਆਪਣੇ ਹਾਲਾਤ ਸੁਣਾਵਾਂ ਤੇ ਇਬਾਦਤ ਹੋਵੇ। ਐ ਨਰੁਲ ਦੇ ਬਦੈਤ ਆ ਦਰ ਬਦਲ ਤੂੰ ਨਰੁਲ ਦਰ ਮਸ਼ਵਰਾ
ਨਰੁਲਦਾ ਬਦਲ ਤੂੰ 1.25 ਲੱਖ ਬੰਦਾ ਇਕੱਠਾ ਕਰਕੇ ਨਬੀ ਜਿਹੜੀ ਗੱਲ ਕੀਤੀ ਉਹ ਤਾਂ ਮੈਂ ਨਹੀਂ ਉਹ ਬਣਦਾ ਹੈ ਬਈ ਕਿਤੇ ਹੀ ਰੁਲਿਆ ਹੈ ਨਹੀਂ ਇਹ ਤੁਹਾਨੂੰ ਦਰਵਾਜ਼ਾ ਵੀ ਖਾਂਦਾ ਪਿਆ ਇਹ ਤੁਹਾਨੂੰ ਇੱਕ ਸਿਮਤ ਵਿਖਾ ਰਿਹਾ ਇਸ ਤੋਂ ਹਟ ਸੋ ਤਾਂ ਹਰ ਸ਼ਹਿ ਬਰਬਾਦ ਨੇ ਉਹ ਗੱਲ ਤਾਂ ਕਰੇ ਨਾ ਰੁਲਦੇ ਬਦਲ ਤੂੰ ਆ ਰੁਲਦੇ ਬਦਲ ਤੂੰ ਝੁਕਾ ਆਪਣਾ ਸਾਰੇ ਸਖੀ ਹੈ ਘਰਾਨਾ ਅੱਲਾ ਪਿਆ ਦੇ ਇਨਾਨ ਬਣਾਈਆਂ ਤਕਾਈ ਸ਼ੈ ਨਾ ਬਣਾਈਆਂ ਗਿਣਨ ਲੱਗਾ ਗਿਣ ਨਹੀਂ ਸਕਦਾ ਖਾਣਾ ਤੇ ਪਾਣੀ ਸਿਰਫ ਦੋ ਚੀਜ਼ਾਂ ਇਹ ਵੀ ਅਗਰ ਅੱਲਾ ਬਣਾਈਆਂ ਤੇ ਇਨਾਨ ਦੇ ਵਾਸਤੇ ਜਿੱਥੇ ਤਮਾਮ ਚੀਜ਼ਾਂ ਬਣਾਈਆਂ ਖਾਣਾ ਔਰ ਪਾਣੀ ਇਹਨਾਂ ਦਾ ਸਦਕਾ ਅੱਲਾ ਕਿਆ ਇਨਾਨ ਨਾ ਬਣਾਈਆਂ ਕਾਇਸ਼ੈ ਨਾ ਬਣਾਈਆ ਨਾ ਰੁਲਦੇ ਬਦਲ ਤੂੰ ਝੁਕਾ ਆਪਣਾ ਸਰ ਤੂੰ ਬੜਾ ਹੀ ਸਖੀ ਘਰਾਨਾ ਅਲੀ ਜਾ ਫਰਿਸ਼ਤੇ ਸਭੀ ਹੱਕ ਬਣਦੇ ਬਈ ਸ਼ਾਮ ਤੋਂ ਲੈ ਕੇ ਮਦੀਨੇ ਤੱਕ ਕੋਈ ਜਾ ਪੜੀ ਆਜਾ ਪਿਆ ਲੱਥੇ ਰਸਾਂ ਅਕਬਰ ਦੀਆਂ ਫੁੱਫੀਆਂ ਦੇ ਜੀ ਮੈਂ ਲਖਵੀਰੀ ਆਖਾਂ ਆਜਾ ਪਿਆ ਲੱਥੇ ਸਾਲ ਦੀ ਗਾਦ ਉਹ ਡਿੱਠੀ ਹਰ ਮਸਤੂਰ ਦੇ ਸਰ ਤੇ ਚਾਦਰ ਬੰਵਰ ਸੇ ਬਾਦ ਨਹੀਂ ਸਮਝ ਡਿੱਠੀ ਹਰ ਮਸਤੂਰ ਪਰਦਿਆਂ ਦਾ ਫਰਿਸ਼ਤੇ ਹਯਾ ਕਰਦੇ ਆਦਾ ਪਿਆ ਲੱਥੇ ਰਸਨ ਬਤੂਲ ਦੀਆਂ ਧੀਆਂ ਦੇ ਤੇ ਇੱਕ ਸਾਲ ਦੀ ਗਏ ਬਾਦ ਉਹ ਡਿੱਠੀ ਹਰ ਮਸਤੂਰ ਦੇ ਸਰ ਤੇ ਚਾਦਰ ਬੰਵਰ ਸੇਵਾ ਖੜਾ ਲਾ ਦੇ
ਸੈਯਦਾਦੇ ਆਦੇਖ ਸਕੀਨਾ ਲੈ ਵੇ ਵਰਗੇ ਨੀ ਕਲ ਸੋਮ ਤੇ ਪਿਆ ਲੱਕਾਂ ਬਤੂਲ ਦੀਆਂ ਧੀਆਂ ਦੇ ਸਾਲ ਦੀ ਗਏ ਬਾਦ ਡਿੱਠੀ ਹਰ ਮਸਤੂਰ ਦੇ ਸਰ ਤੇ ਚਾਦਰ ਬੁਆਰ ਸੇਵਾ ਮਾਫੀ ਮੰਗ ਕੇ ਇੱਕ ਗੱਲ ਕਰਨੀ ਹੈ। ਸ਼ਾਮ ਦਾ ਦਿਨ ਦਾਨ ਸਾਲ ਗੁਜ਼ਰ ਗਿਆ, ਸਾਲ ਦੇ ਬਾਅਦ ਅੱਧ ਰਾਤ ਦਾ ਵੇਲਾ ਜ਼ਿੰਦਾਨ ਦੇ ਦਰਵਾਜ਼ੇ ਤੇ ਕਮੀਨੇ ਦੇ ਸਿਪਾਹੀਆਂ ਆ ਕੇ ਬਿਮਾਰ ਦੇ ਜ਼ੰਜੀਰ ਹਲਾਏ। ਗੱਲਾਂ ਉਹ ਜਿਹੜੀਆਂ ਤੁਸੀਂ ਸੁਣੀਆਂ ਹੋਈਆਂ, ਮੈਂ ਲਫ਼ਜ਼ ਤਬਦੀਲ ਕਰਨੇ। ਸਰਚਾ ਕਿ ਮੇਰੇ ਆਗਾ ਫਰਮਾਉਂਦੇ ਨੇ, ਕਮੀਨੇ ਮੇਰਾ ਨਾਂ ਅਗਰ ਨਾ ਵਿਆਹਦਾ ਤਾਂ ਮੇਰਾ ਮਸ਼ਹੂਰ ਨਾਂ ਹੈ ਕੈਦੀ। ਮੇਰੇ ਦੁੱਖੇ ਜ਼ਖਮ ਕਿਉਂ ਦੁਖਾਏ ਨੇ? ਤੁਸਾਂ ਕੀ ਸਮਝਿਆ ਜੋ ਸੱਜਾਦ ਜ਼ਿੰਦਾਨ ਵਿੱਚ ਸਾਂਭਦਾ, ਜਿਨ੍ਹਾਂ ਦਾ 40 ਘਰ ਉਜੜ ਵੰਦੇ, ਜਿਨ੍ਹਾਂ ਦੀਆਂ ਸ਼ਾਮ ਜੇ ਸ਼ਹਿਰ ਵਿੱਚ ਫੁੱਟੀਆਂ ਮਾਵਾਂ ਕੈਦ ਹੋਏ। ਮੈਂ ਤਾਂ ਆਪਣੇ ਨੁਕਸਾਨ ਦਾ ਹਿਸਾਬ ਘਰੇ ਦਾ ਬੈਠਾ, ਮੈਂ ਕੋਈ ਸੁੱਤਾ ਤਾਂ ਨਹੀਂ। ਮੈਂ ਤਾਂ ਆਪਣੇ ਨੁਕਸਾਨ ਦਾ ਹਿਸਾਬ ਘਰੇ ਦਾ ਬੈਠਾ, ਕਿਉਂ ਜਗਾਇਆ ਨੇ ਕਮੀਨਿਆਂ ਦੇ ਹਾਕੇ? ਮੈਂ ਵਕਤ ਦਰਬਾਰ ਵਿੱਚ ਯਾਦ ਕੀਤੇ, ਸਾਈਂ ਜੀ ਮੈਂ ਜਿਸ ਵਹਿਣ ਵਾਸਤੇ ਮਿਹਨਤ ਕੀਤੀ, ਹਾਕਿਮ ਯਾਦ ਕੀਤੇ, ਸੈਯਦਾਂ ਦੇ ਬਾਕੇ ਆ ਦਰਬਾਰ ਵਜਣੇ। ਬਜ਼ੁਰਗ ਪੜਦੇ ਹਨ ਮਾਸੂਮਾਨ ਅੰਦਾਜ਼ ਵਿੱਚ ਆਖਿਆ, ਬਾਬਾ ਅੱਧ ਰਾਤ ਦਾ ਵੇਲਾ ਹੈ, ਇਹ ਕੋਈ ਪੇਸ਼ੀ ਦਾ ਟਾਈਮ ਹੈ? ਸੈਯਦਾਂ ਦੇ ਬਾਕਰ ਪੇਸ਼ੀ ਦਾ ਟਾਈਮ ਉਹਨਾਂ ਦਾ ਆਉਂਦਾ ਜਿਨ੍ਹਾਂ ਦਾ ਕੋਈ ਹੋਵੇ। ਸਾਡਾ ਕੌਣ ਬਚ ਗਿਆ ਹੈ? ਪਿਓ ਤੇ ਪੁੱਤਰ ਤੁਰ ਪਏ ਦਰਬਾਰ ਵਿੱਚ ਹਨ, ਬਜ਼ੁਰਗ ਪੜਦੇ ਹਨ ਹੁਣ ਤਖ਼ਤ ਨਹੀਂ ਬੈਠਾ, ਚਿਹਰਾ ਪਰੇਸ਼ਾਨ ਮਿੱਟੀ ਤੇ ਬੈਠਾ। ਕਰੀਬ ਆ ਕੇ ਸੱਜਾਦ ਫਰਮਾਉਂਦੇ ਨੇ, ਕਮੀਨਾ ਕਿਉਂ ਬੁਲਾਇਆ ਜੀ? ਇਹ ਕਮੀਨਾ ਦਾ ਸੱਜਾਦ, ਹੁਣ ਦੇ ਬਾਅਦ ਤੁਹਾਡੀਆਂ ਕੈਦਾਂ ਰਿਹਾ ਹੈ, ਫੁੱਫੀਆਂ ਮਾਵਾਂ ਨੂੰ ਨਾਲ ਲਾ ਕੇ ਵਤਨ ਤੇ ਵਾਲਵਾਂ ਨੂੰ ਵਸ ਪੋ, ਵਤਨ ਤੇ ਵਾਲਵਾਂ ਨੂੰ ਵਸ ਪੋ, ਤੁਹਾਡੀਆਂ ਕੈਦਾਂ ਰਿਹਾ ਹੈ। ਕਮੀਨੇ ਗੱਲ ਕੀਤੀ ਹੈ, ਸੱਜਾਦ ਬਾਂਦਾ ਬਾਂਦਾ ਮਿੱਟੀ ਤੇ ਬਹਿ ਗਿਆ। ਇਹ ਕਮੀਨਾ ਦਾ ਸੱਜਾਦ ਹਰ ਕੈਦੀ ਰਿਹਾਈ ਦੀ ਖਬਰ ਸੁਣ ਕੇ ਖੁਸ਼ ਹੁੰਦਾ ਹੈ,
ਤੇਰੀ ਰੱਤ ਕਿਉਂ ਵੱਧ ਪਈ ਹੈ? ਉੱਚਾ ਰੁਨਾ ਹੈ ਬਾਕਰ ਦਾ ਬਾਬਾ, ਰੋ ਕੇ ਆਦਾ ਮੈਂ ਕੁ ਸਾਰੀ ਜ਼ਿੰਦਗੀ ਕੈਦ ਰੱਖੇ ਤੇ ਯਾ ਕਰ ਛੋੜੇ ਆਲਾ ਦੇ ਓ ਮੈਂ ਹਸ਼ਰ ਤਾਈ ਇਨਾ ਵਸ ਸੰਗਦਾ ਤੁਸਾਂ ਇੰਜ ਕੀਤਾ ਹੈ ਬਰਬਾ ਨਾਤਨ ਕਰ ਲਈ ਸੈਯਦਾ ਦੇ ਹੁਣ ਕੈਦ ਰੱਖੇ ਕਰ ਛੋੜੇ ਹੁਣ ਕੈਦ ਰੱਖੇ ਸਾਕੂ ਜ਼ਿੰਦਗੀ ਭਰ ਤੇ ਯਾ ਕਰ ਛੋੜੇ ਆਲਾ ਦੇ ਓ ਮੈਂ ਹਸ਼ਰ ਤਾਈ ਨਾ ਵਸ ਸੰਗਦਾ ਤੁਸਾਂ ਇੰਜ ਕੀਤਾ ਗੱਲ ਅਗਲੀ ਸੁਣਨੀ ਹੈ ਅਗਲੀ ਸੁਣਨੀ ਗੱਲ ਮੈਂ ਪੜ੍ਹ ਛੋੜੇ ਤੁਸੀਂ ਸੁਣ ਛੋੜਿਆ ਮੈਂ ਜਲਦੀ ਜਲਦੀ ਇੱਕ ਮੈਨ ਪੜ੍ਹਨੇ ਹੋਰ ਤੁਹਾਡੀਆਂ ਕਹਿਦਾ ਰਿਹਾ ਵਤਨ ਤੇ ਵਾਲੋ ਸੀਦਾ ਤੇ ਮੈਂ ਫੁੱਫੀ ਨਾਲ ਮਸ਼ਵਰਾ ਕਰੇ ਸੀ ਜ਼ਿੰਦਾ ਨੇ ਚੈਨ ਫੁੱਫੀ ਅੰਮਾ ਜਦੀਦਾ ਤੇ ਤੁਹਾਡੀਆਂ ਕਹਿਦਾ ਰਿਹਾ ਵਤਨ ਤੇ ਵਾਲੋ ਅੰਜੋ ਮੇਰੀ ਸੈਨਾ ਦੀ ਜਦੀਦ ਇਹਦਾ ਮਤਲਬ ਹੈ ਜਦੀਦ ਥੱਕ ਗਿਆ ਅਸਾਂ ਜਿੱਤ ਗਏ ਹਾਂ ਉਹ ਹਾਰ ਗਿਆ ਜਿੱਤਿਆਂ ਦੀ ਸ਼ਰਤਾਂ ਆਉਂਦੀਆਂ ਹਨ ਸਜਾਦ ਬਚੜਾ ਤੁਹਾਡੇ ਜਿੰਨਾ ਉਹਨਾਂ ਟੁੱਟ ਸਕਦਾ ਹੈ ਇੱਕ ਵਾਰੀ ਵੱਧ ਦਰਬਾਰ ਵੰਜ ਉਸ ਕਮੀਨੇ ਨੂੰ ਵੰਜ ਕੇ ਆਖ ਬਈ ਮਨ ਵੰਜ ਤੂੰ ਥੱਕ ਗਿਆ ਮਨ ਵੰਜ ਤੂੰ ਹਰ ਗਿਆ ਅਸੀਂ ਜਿੱਤ ਗਏ ਹਾਂ ਅਗਰ ਮਨ ਵੰਜੇ ਤਾਂ ਵੱਧ ਆਖੇ ਮੇਰੀ ਫੁੱਫੀ ਪਈਆ ਦੀਆਂ ਮੇਰੀਆਂ ਚੰਦ ਸ਼ਰਤਾਂ ਜਿੱਤਿਆਂ ਦੀਆਂ ਸ਼ਰਤਾਂ ਆਉਂਦੀਆਂ ਸਜਾਦਾ ਹੈ ਕਮੀਨਾ ਮਨ ਵਾਈ ਤੂੰ ਹਾਰ ਗਿਆ ਅਤੇ ਮੈਂ ਮੰਨ ਗਿਆ ਤੁਸੀਂ ਜਿੱਤ ਗਏ ਹੋ ਮੇਰੀ ਫੁੱਫੀਆ ਦੀਆਂ ਸਾੜੀਆਂ ਚੰਦ ਸ਼ਰਤਾਂ ਕਿਹੜੀਆਂ ਸ਼ੋਦਾ ਦੇ ਸਾਰੇ ਗੱਲਾਂ ਤੁਸੀਂ ਸੁਣੀਆਂ ਹੋਈਆਂ ਲੁੱਟ ਕਰ ਬਲਾ ਦਮਾਲ ਤ੍ਰੈ ਮਾਮਲ ਬਸ਼ੀਰ ਮਹਾਰੀ ਇੱਕ ਅਲੈਦਾ ਮਕਾਨ ਇੱਕ ਦਿਨ ਵਾਸਤੇ ਮੇਰੀ ਫੁੱਫੀਆ ਦੀ ਮੈਂ ਵਿਰਾਹ ਦੀ ਮਜਲਸ ਪੜ੍ਹਨੀ ਸੈਯਦਾ ਦੇ ਮਕਾਨ ਤ੍ਰੈ ਮਾਮਲ ਸ਼ੋਦਾ ਦੇ ਸਰ ਲੁੱਟ ਕਰ ਬਲਾ ਦਮਾਲ ਇੱਕ ਮਹੀਨਾ ਦੀਵਾਰ ਦਾ ਸਹਾਰਾ ਲੈ ਕੇ ਉੱਠੇ ਰਾਤ ਆਈ ਨਾ ਅੱਧ ਰਾਤ ਦੇ ਵੇਲੇ ਸੱਜਾਦ ਦੇ ਪਾਸੇ ਹੱਥ ਜੋੜੇ ਅੱਧ ਜੋੜ ਕੇ ਆਦੇ ਸੱਜਾਦ ਸਰ ਮਿਲਸਨ ਮਾਮਲ ਮਿਲਸਨ ਬਸ਼ੀਰ ਮਾਰੀ ਮਿਲਸੀ ਮਕਾਨ ਮਿਲਸੀ ਲੁੱਟ ਕਰ ਬਲਾ ਦਾ ਉਹ ਮਾਲ ਮਿਲਸੀ ਜਿਹੜਾ ਮੇਰੇ ਕੋਲ ਹੈ ਸੱਜਾਦ ਤੂੰ ਜਾਣਦਾ ਇਹਨਾਂ ਲੁੱਟਣ ਵਾਲੇ ਕਿਸੇ ਇੱਕ ਮੁਲਕ ਦੇ ਨਾ ਜਿਹੜਾ ਮੇਰੇ ਕੋਲ ਲੁੱਟ ਦਾ ਮਾਲ ਮਿਲ ਸੀ ਮੈਂ ਅਗਰ ਸਮਝਾ ਸਕੇ ਹੁਣ ਤੂੰ ਮਸੱਲੇ ਤੇ ਰੋਸੇ ਜਿਹੜਾ ਮੇਰੇ ਕੋਲ ਮਾਲ ਹੈ ਦੇਸਾਂ
ਸਜਾਦ ਰੋਹ ਨਹੀਂ ਜਿਹੜਾ ਮਾਲ ਨਹੀਂ ਮੈਂ ਉਸਦੀ ਕੀਮਤ ਦੇ ਸਕਦਾ। ਜਿਹੜਾ ਕੀਮਤ ਦਾ ਨਾਮ ਆਏ ਸਜਾਦ, ਜਿਵੇਂ ਪੱਖੀ ਨੂੰ ਗੱਲ ਲੱਗਦਾ ਹੈ ਤੜਪ ਕੇ ਉੱਠਿਆ ਰੋ ਕੇ ਸਯਦਾ ਦੇ ਨਾ ਚਾ ਨਹੀਂ ਵੱਲ ਵੱਲ ਕੀਮਤ ਦਾ ਤੇ ਮਲੂਨ ਜ਼ਬਾਨ ਸੰਭਾਲੇ ਉਹ ਤੇਰੀ ਸ਼ਾਹੀ ਤੂੰ ਵੱਧ ਕੀਮਤੀ ਮੇਰੇ ਅਕਬਰ ਦਾ ਇੱਕ ਵਾਰ ਅੱਜ ਨਹੀਂ ਆਉਂਦੀ ਤੇਰੀ ਸ਼ਾਹੀ ਤੂੰ ਵੱਧ ਕੀਮਤੀ ਹੈ ਮੇਰੇ ਅਕਬਰ ਦਾ ਇੱਕ ਕਹਿਦਾ ਛੁੱਟੀਆਂ ਵਿਰਾਦ ਚ ਇਲਮ ਕਰਬਲਾ ਕੀਤਾ ਸਾਲ ਦੇ ਬਾਅਦ ਚਿਲਮ ਕਰਕੇ ਆਪਣੇ ਦੁੱਖ ਸੁਣਾ ਕੇ ਸ਼ਾਮ ਦੇ ਹਾਲਾਤ ਵਿਰਾ ਨੂੰ ਸੁਣਾ ਕੇ ਵਿਰਾ ਦੀ ਕਬਰ ਨਾਲ ਵਿਦਾ ਕਰਕੇ ਆਖੇ ਉਸ ਕੁਝ ਗੱਲਾਂ ਐਸੀਆਂ ਹਨ ਜਿਹੜੀਆਂ ਤੇਰੇ ਨਾਲ ਨਹੀਂ ਕਰਨੀਆਂ ਕੁਝ ਗੱਲਾਂ ਮਾਂ ਦੇ ਨਾਲ ਕਰੇ ਸਾਂ ਮੇਰਾ ਵਤਨ ਤੇ ਬਣਨਾ ਇਸ ਵਾਸਤੇ ਜ਼ਰੂਰੀ ਹੈ ਮੈਂ ਵੱਧ ਸ਼ਾਮ ਆਉਣਾ ਵਤਨ ਤੇ ਇਸ ਵਾਸਤੇ ਵਹਿੰਦੀ ਪਈ ਹਾਂ ਮੈਂ ਕੁਝ ਗੱਲਾਂ ਕੁਝ ਦੁੱਖ ਸ਼ਾਮ ਦੇ ਮਾਂ ਨੂੰ ਸੁਣਿਆ ਸਾਂ ਅਤੇ ਮੇਰੇ ਕੋਲ ਤਕਮੀਲੇ ਦੀਨ ਦੀ ਸਨਦ ਦੀ ਹਿਫਾਜ਼ਤ ਦੀ ਇੱਕ ਹੋਰ ਸਨਦ ਹੈ ਉਹ ਨਾਨੇ ਦੀ ਕਬਰ 'ਤੇ ਪਹੁੰਚਿਆ ਸਾਂ ਕਬਰ 'ਤੇ ਪਹੁੰਚਾ ਕੇ ਵੱਧ ਆਸ ਬਜ਼ੁਰਗ ਦਾ ਕਿਰਪਾ ਦੇਣ ਮੈਂ ਕਿਹੜੀ ਗੱਲ ਕਰਾਂ ਕਿਹੜੀ ਨਾ ਕਰਾਂ ਵਤਨ 'ਤੇ ਉਹ ਵੱਲਾ ਹੀ ਜੈ ਜੀਂਦਾ ਨਾ ਹੀ ਬਣਾ ਸੱਕੀ ਬੇਣ ਮੁਹੰਮਦ ਰਫੀਆ ਪਹਿਚਾਣ ਨਹੀਂ ਸਕਿਆ ਸਜਾਦ ਸਜਾਦ ਇਹਨਾਂ 'ਚ ਮੇਰੀ ਬਹਿਣ ਜ਼ੈਨਬ ਕਿਹੜੀ ਸੱਕੀ ਬੇਣ ਫਾਤਮਾ ਸੁਗਰਾ ਸਜਾਦ ਨੂੰ ਪਹਿਚਾਣ ਨਹੀਂ ਸਕੀ ਐਲਾਨ ਹੋਇਆ ਮਦੀਨੇ ਦੇ ਸਰਦਾਰ ਵੱਲ ਆਏ ਮਦੀਨੇ 'ਚੋਂ ਹਾਸ਼ਮੀਆਂ ਦਾ ਕਾਫਲਾ ਬਹਿਰ ਆਇਆ ਪਿੱਛੇ ਅਕੀਦਤਮੰਦ ਉਮਤੀਆਂ ਦਾ ਕਾਫਲਾ ਕਾਫਲੇ ਆ ਕੇ ਮਦੀਨੇ ਤੋਂ ਬੈਰ ਇਸਤਕਬਾਲ ਕੀਤਾ ਜਿਵੇਂ ਮਿਲੇ ਮੈਂ ਨਹੀਂ ਪੜ੍ਹ ਸਕਦਾ ਮੁਹੰਮਦ ਅਨਫੀਆ ਭਤਰੀਜੇ ਨੂੰ ਮਿਲੇ ਅਤੇ ਸੱਜਾਦ ਹੀ ਉਹ ਜਾ ਕੇ ਚਾਚਾ ਮੇਰੀ ਕੰਢ ਤੂੰ ਹੱਥ ਚਾ ਲੈ ਕਾਫਲੇ ਨੂੰ ਨਾਲ ਲਾ ਕੇ ਕਬਰੇ ਮੁਹੰਮਦ ਅਤੇ ਫਾਤਿਹ ਸ਼ਾਮ ਆ ਬੈਠੀ ਮੈਂ ਇੱਕ ਬੈਣ ਪੜ੍ਹਨਾ
ਮਾਲਕ ਦਰਜਾਤ ਬੁਲੰਦ ਕਰੇ ਖਾਦਮ ਹੁਸੈਨ ਆਸਫੀ, ਉਹ ਪੜ੍ਹਦੇ ਹਨ ਫਾਤਿਹ ਸ਼ਾਮ ਮਲਕੇ ਸ਼ਾਮ ਨਬੀਆਂ ਦੀ ਮਿਹਨਤ ਨੂੰ ਬਚਾਉਣ ਵਾਲੀ ਬੀਬੀ, ਕਰਬਲਾ ਨੂੰ ਬਚਾਉਣ ਵਾਲੀ ਬੀਬੀ, ਹੁਸੈਨ ਦੀ ਸ਼ਹਾਦਤ ਨੂੰ ਬਚਾਉਣ ਵਾਲੀ ਬੀਬੀ, ਪੁੱਤਰਾਂ ਮੋਈ ਬੀਬੀ, ਭਰਾਵਾਂ ਮੋਈ ਬੀਬੀ, ਨਾਨੇ ਦੀ ਕਬਰ 'ਤੇ ਆ ਕੇ ਇੱਕ ਵੈਣ ਕੀਤਾ ਸੀ। ਕਬਰ ਨੂੰ ਗੱਲ ਦੇ ਨਾਲ ਲਾਇਆ, ਗੱਲ ਦੇ ਨਾਲ ਲੱਗ ਗਿਆ ਦੀ ਬੇਟੀਆਂ, ਇਸਲਾਮ ਦਾ ਬਾਣੀ ਰਾਵੀ ਹੈ ਤੇਰੇ ਦੀਨ ਕੋ ਮੈਂ ਰੰਗ ਲਾ ਲਈਆਂ, ਇਸਲਾਮ ਕਰ ਹੁਣ ਜਿਹੜੇ ਬਜ਼ੁਰਗ ਬੈਠੇ ਨੇ ਜਮਾਨੋ ਰੋ ਨਾ ਰੋ ਤੁਹਾਡੀ ਮਰਜ਼ੀ, ਜਿਹੜੇ ਬਜ਼ੁਰਗ ਚਿੱਟੀਆਂ ਦਾੜੀਆਂ ਵਾਲੇ ਬੈਠੇ ਨੇ ਉਹਨਾਂ ਨੂੰ ਮਿਹਨਤ ਕਰਕੇ ਪਿਆ ਦਾ ਇੱਕ ਗੱਲ ਗੌਰ ਨਾਲ ਸੁਣਿਆ ਹੈ, ਨਾਨੇ ਦੀ ਕਬਰ 'ਤੇ ਹੱਥ ਲਾ ਕੇ ਗੱਲ ਦੇ ਨਾਲ ਲਾ ਕੇ ਬੀਬੀ ਪਿਆ ਦੀਏ, ਜਿਹੜਾ ਈਦ ਦੇਣੀ ਮੇਰੇ ਵੀਰਾਂ ਕੋ ਚਾ ਦੋਸ਼ ਤੇ ਸੈਰ ਕਰਾਈ ਹਾਵੀ ਸ਼ਾਮ ਦੀ ਤੰਗ ਗਲੀਆਂ ਵਿੱਚ ਤੇਰੇ ਸਾਰੇ ਕਰ ਜ਼ਲਾਹ